ਅੱਜ ਅਸੀਂ ਕਰਨਾ ਹੈ ਸਤਿਗੁਰੂ ਨਾਨਕ ਪ੍ਰਗਟਿਆ, ਠੀਕ ਹੈ, ਜੋ ਤੁਹਾਡੀ ਸਾਹਿਤ ਮਾਲਾ ਬੁੱਕ ਦੇ ਵਿੱਚ ਹੈ। ਠੀਕ ਹੈ, ਸ਼ਬਦ ਹੈ, ਇਹਦੇ ਰਚਨਹਾਰ ਕੌਣ ਨੇ? ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਇਹ ਨਾ ਗੁਰੂ ਅਮਰਦਾਸ ਜੀ ਜਿਹੜੇ ਸਿੱਖਾਂ ਦੇ ਤੀਸਰੇ ਗੁਰੂ ਸਨ, ਉਹਨਾਂ ਦੇ ਭਤੀਜੇ ਸਨ ਇਹ। ਠੀਕ ਹੈ, ਭੱਲਾ ਘਰਾਣੇ ਤੋਂ ਸਨ, ਰਾਈਟ। ਤੇ ਇਹਨਾਂ ਨੇ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਸਾਰੇ ਭਗਤਾਂ ਦੀ ਬਾਣੀ ਜਿਹੜੀ ਹੈ, ਗੁਰੂਆਂ ਦੀ ਬਾਣੀ ਜਿਹੜੀ ਇਕੱਤਰਿਤ ਕੀਤੀ ਸੀ, ਉਹਨਾਂ ਨੂੰ ਇਹਨਾਂ ਨੇ ਆਪਣੇ ਹੱਥ ਨਾਲ ਲਿਖਿਆ ਸੀ। ਠੀਕ ਹੈ, ਜਿੰਨੀ ਵੀ ਬਾਣੀ ਹੈ ਉਹ ਸਾਰੀ ਇਕੱਠੀ ਕਰਕੇ ਇਹਨਾਂ ਨੂੰ ਦਿੱਤੀ ਸੀ, ਤੇ ਇਹਨਾਂ ਨੇ ਆਪਣੇ ਹੱਥ ਦੇ ਨਾਲ ਉਹ ਸਾਰੀ ਲਿਖੀ ਸੀ। ਠੀਕ ਹੈ, ਸੋ ਭਾਈ ਗੁਰਦਾਸ ਜੀ ਦਾ ਜਨਮ ਗੁਰੂ ਅਮਰਦਾਸ ਜੀ ਦੇ ਭੱਲਾ ਘਰਾਣੇ ਵਿਖੇ ਹੋਇਆ। ਘਰਾਣਾ ਮਤਲਬ ਇੱਕ ਸਰਨੇਮ ਹੈ, ਉਸ ਇਹਨਾਂ ਦੇ ਘਰ ਵਿੱਚ ਹੋਇਆ। ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ, ਨੈਫਿਊ। ਆਪ ਸੰਸਕ੍ਰਿਤ, ਬ੍ਰਜ ਭਾਸ਼ਾ, ਫਾਰਸੀ ਅਤੇ ਪੰਜਾਬੀ ਦੇ ਵਿਦਵਾਨ ਸਨ। ਸਿੱਖ ਮਤ ਦੇ ਪ੍ਰਚਾਰ ਲਈ ਆਪ ਆਗਰੇ, ਬਨਾਰਸ, ਉਜੈਨ ਆਦਿ ਕਈ ਥਾਵਾਂ ਤੇ ਗਏ। ਠੀਕ ਹੈ, ਭਾਈ ਗੁਰਦਾਸ ਮਹਾਨ ਸ਼ਖਸੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੱਚੇ ਗੁਰਸਿੱਖ ਦੀ ਤਰ੍ਹਾਂ ਉੱਚਾ ਤੇ ਸੁੱਚਾ ਬਤੀਤ ਕੀਤਾ। ਆਪ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੀ ਵਾਰ ਆਪਣੇ ਹੱਥ ਨਾਲ ਲਿਖਿਆ। ਭਾਈ ਗੁਰਦਾਸ ਜੀ ਨੇ 40 ਵਾਰਾਂ ਲਿਖੀਆਂ, ਵਾਰਾਂ। ਠੀਕ ਹੈ, ਇਹਨਾਂ ਨੇ ਕਿੰਨੀਆਂ ਲਿਖੀਆਂ ਸੀ? 40, ਜੋ ਸ਼ੁੱਧ ਟਕਸਾਲੀ ਪੰਜਾਬੀ ਵਿੱਚ ਹਨ, ਸ਼ੁੱਧ ਪੰਜਾਬੀ ਦੇ ਵਿੱਚ ਹਨ। ਬ੍ਰਜ ਭਾਸ਼ਾ ਵਿੱਚ ਆਪ ਦੇ 556 ਕਵਿਤ ਸਵੱਈਏ ਪ੍ਰਸਿੱਧ ਹੋਏ ਹਨ। ਵਾਰਾਂ ਵਿੱਚ ਆਪਣੇ ਗੁਰੂ ਤੇ ਪਰਮੇਸ਼ਵਰ ਦਾ ਪਿਆਰ, ਸ਼ਰਧਾ ਤੇ ਸਤਿਕਾਰ ਦ੍ਰਿੜ ਕਰਵਾਇਆ ਹੈ, ਇਹ ਇਹਨਾਂ ਦੇ ਵਿਸ਼ਾ ਵਸਤੂ ਹਨ। ਜਿੱਥੇ ਦੁਰਾਚਾਰ ਦੀ ਨਿਖੇਧੀ ਕੀਤੀ ਹੈ, ਮਤਲਬ ਮਾੜੇ ਰੋਹ ਰੀਤਾਂ ਦੀ ਇਹਨਾਂ ਨੇ ਭੰਡਣਾ ਕੀਤੀ ਹੈ, ਉੱਥੇ ਸਦਾਚਾਰ ਦੀ ਸਿੱਖਿਆ ਵੀ ਦਿੱਤੀ ਹੈ। ਆਪ ਨੇ ਗੁਰਮਤਿ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ, ਜਿਸ ਕਰਕੇ ਆਪ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ। ਠੀਕ ਹੈ, ਇਹਨਾਂ ਨੇ ਗੁਰਮਤਿ ਦੇ ਸਿਧਾਂਤਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਵਿਆਖਿਆ ਸੀ, ਤੇ ਇਹਨਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ। ਠੀਕ ਹੈ, ਸੋ ਸ਼ਬਦ ਹੈ ਸਤਿਗੁਰ ਨਾਨਕ ਪ੍ਰਗਟਿਆ। ਭਾਈ ਗੁਰਦਾਸ ਜੀ ਨੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਸੀ, ਉਸ ਸਮੇਂ ਦੇ ਉਹਨਾਂ ਨੇ ਉਸ ਸਮੇਂ ਨੂੰ ਬਿਆਨ ਕੀਤਾ ਹੈ। ਠੀਕ ਹੈ, ਉਸ ਸਮੇਂ ਕੀ ਸੀ ਕਿ ਹਰ ਪਾਸੇ ਕੀ ਸੀ, ਜ਼ਬਰ ਜ਼ੁਲਮ ਫੈਲਿਆ ਹੋਇਆ ਸੀ, ਝੂਠ ਸੀ, ਅੰਧਕਾਰ ਸੀ, ਲੋਕੀ ਇੱਕ ਦੂਸਰੇ ਨੂੰ ਬਿਨਾਂ ਮਤਲਬ ਦੇ ਹੀ ਮਾਰੀ ਜਾ ਰਹੇ ਸਨ। ਉਸ ਟਾਈਮ ਤੇ ਮੁਸਲਮਾਨਾਂ ਦਾ ਰਾਜ ਸੀ। ਠੀਕ ਹੈ, ਤੇ ਉਹ ਨਿਰਦੋਸ਼ੀਆਂ ਨੂੰ ਹੀ ਮਾਰ ਦਿੰਦੇ ਹੁੰਦੇ ਸਨ। ਠੀਕ ਹੈ, ਹਰ ਪਾਸੇ ਫਰੇਬੀ ਚੱਲਦੀ ਰਹਿੰਦੀ ਸੀ, ਕੋਈ ਵੀ ਜਿਹੜਾ ਥੋੜਾ ਅਮੀਰ ਵਿਅਕਤੀ ਹੈ ਉਹ ਗਰੀਬ ਵਿਅਕਤੀ ਨੂੰ ਹਮੇਸ਼ਾ ਲਿਤਾੜ ਕੇ ਉਹਨੂੰ ਥੱਲੇ ਹੀ ਰੱਖਦਾ ਸੀ, ਹਮੇਸ਼ਾ ਨੀਵਾਂ ਹੀ ਰੱਖਦਾ ਸੀ। ਠੀਕ ਹੈ, ਸੋ ਇਸ ਕਿਉਂਕਿ ਇਹ ਜਿਹੜਾ ਸਮਾਂ ਸੀ ਇਹ ਕਲਯੁੱਗ ਦਾ ਸਮਾਂ ਸ਼ੁਰੂ ਹੋ ਗਿਆ ਸੀ। ਠੀਕ ਹੈ, ਕਲ ਯੁੱਗ ਦਾ ਸਮਾਂ ਦਿਓ ਨਾ, ਦੁਆਪਰ ਯੁੱਗ, ਤ੍ਰੇਤਾ ਯੁੱਗ, ਫਿਰ ਕਲਯੁੱਗ ਜਿਹੜਾ ਐਟ ਪ੍ਰੈਜੈਂਟ ਚੱਲ ਰਿਹਾ ਇਹ ਵੀ ਕਲਯੁੱਗ ਹੈ। ਠੀਕ ਹੈ, ਕਲਯੁੱਗ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਅੱਜ ਕੱਲ੍ਹ ਲੋਕੀ ਕਿੰਨਾ ਸਾਰਾ ਝੂਠ ਬੋਲਦੇ ਨੇ, ਠੱਗੀਆਂ ਕਰਦੇ ਨੇ, ਹਨਾ। ਕਈ ਲੋਕੀ ਸਹੀ ਵੀ ਨੇ, ਪਰ ਮੋਸਟਲੀ ਜਿਹੜੀ ਦੁਨੀਆ ਹੈ ਉਹ ਬੇਈਮਾਨੀ ਦੇ ਰਸਤੇ ਵੱਲ ਤੁਰੀ ਹੋਈ ਹੈ। ਠੀਕ ਹੈ, ਤੇ ਕਲਯੁੱਗ ਜਦੋਂ ਸ਼ੁਰੂ ਹੋਇਆ ਉਦੋਂ ਬਹੁਤ ਸਾਰੇ ਲੋਕਾਂ ਨੇ ਠੱਗੀਆਂ ਕੀਤੀਆਂ, ਇੱਕ ਦੂਸਰੇ ਨੂੰ ਮਾਰਨਾ, ਇੱਕ ਦੂਸਰੇ ਤੇ ਝੂਠੇ ਇਲਜ਼ਾਮ ਲਗਾਉਣਾ, ਸਭ ਕੁਛ ਸ਼ੁਰੂ ਕਰ ਦਿੱਤਾ ਸੀ। ਤੇ ਇਸੇ ਹੀ ਜਦੋਂ ਇਹ ਸਾਰੇ ਬੁਰਾਈਆਂ ਸ਼ੁਰੂ ਹੋ ਗਈਆਂ, ਸੰਸਾਰ ਉੱਤੇ ਵੱਧ ਗਈਆਂ, ਤੇ ਇਹਨਾਂ ਬੁਰਾਈਆਂ ਦਾ ਨਾਸ਼ ਕਰਨ ਦੇ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ। ਠੀਕ ਹੈ, 1469 ਨੂੰ ਗੁਰੂ ਨਾਨਕ ਦੇਵ ਜੀ ਨੇ ਰਾਏ ਭੋਏ ਦੀ ਤਲਵੰਡੀ ਵਿਖੇ ਅਵਤਾਰ ਧਾਰਿਆ ਸੀ। ਉਹਨਾਂ ਦੇ ਅਵਤਾਰ ਧਾਰਨ ਬਾਰੇ ਹੀ ਇਸ ਕਾਵਿ ਰਚਨਾ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਜਨਮ ਲਿਆ, ਉਹਨਾਂ ਤੋਂ ਪਹਿਲਾਂ ਜਿੰਨੀਆਂ ਵੀ ਬੁਰਾਈਆਂ ਸੀਗੀਆਂ ਉਹਨਾਂ ਸਾਰਿਆਂ ਦਾ ਨਾਸ਼ ਕਰਨ ਦੇ ਲਈ ਹੀ ਗੁਰੂ ਜੀ ਇਸ ਧਰਤੀ ਤੇ ਆਏ ਸਨ। ਠੀਕ ਹੈ, ਮਨੁੱਖੀ ਜਾਮੇ ਵਿੱਚ ਆਏ ਸਨ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਠੀਕ ਹੈ, ਜਦੋਂ ਸਤਿਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਉਹਨਾਂ ਦਾ ਇਸ ਧਰਤੀ ਤੇ ਆਗਮਨ ਹੋਇਆ, ਉਦੋਂ ਕੀ ਸੀ? ਧੁੰਦ, ਧੁੰਦ ਮਤਲਬ ਬੁਰਾਈਆਂ ਦੀ ਧੁੰਦ। ਠੀਕ ਹੈ, ਧੁੰਦ ਇੱਥੇ ਇਹ ਨਹੀਂ ਕਿ ਜਿਹੜੀ ਫੋਗ ਪੈ ਰਹੀ ਅੱਜ ਕੱਲ੍ਹ ਨੂੰ, ਬੁਰਾਈਆਂ ਦੀ ਧੁੰਦ। ਠੀਕ ਹੈ, ਸਾਰੇ ਪਾਸੇ ਬੁਰਾਈਆਂ ਦੀ ਧੁੰਦ ਫੈਲੀ ਹੋਈ ਸੀ, ਮਤਲਬ ਬੁਰਾਈਆਂ ਦਾ ਹੀ ਬੋਲਬਾਲਾ ਸੀ। ਠੀਕ ਹੈ, ਲੋਕੀ ਬੇਈਮਾਨੀ, ਝੂਠ, ਫਰੇਬ, ਠੱਗੀ, ਇਹਨਾਂ ਸਾਰੀਆਂ ਚੀਜ਼ਾਂ ਵਿੱਚ ਹੀ ਲੱਗੇ ਹੋਏ ਸਨ। ਤੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਤੇ ਇਹਨਾਂ ਸਾਰੀਆਂ ਬੁਰਾਈਆਂ ਦਾ ਜਿੰਨਾ ਵੀ ਬੋਲਬਾਲਾ ਸੀ ਉਹ ਸਾਰੀਆਂ ਦੀਆਂ ਸਾਰੀਆਂ
खत्म हो गई, मिट्टी धुंद जग चानण होया। जिस तरह सूरज निकलता है, ठीक है, हुण जिदा धुंद है बाहर, सूरज जे बाई चांस निकल गया तो फिर की हुंदा है, सारे पासे दी जिन्नी धुंद हुंदी है वह हट जाती है, अंधकार जिहड़ा है वह हट जाता है, सारे पासे चानण हो जाता है। इसे लिए ही बुराइयां दा अंधकार इस समाज विच फैलिया होया सी, ते जो गुरु जी का आगमन होया तो वह सारे पासे दीआं बुराइयां चानण विच बदल गईआं। चानण मतलब के सारे बुराइयां दा नाश हौली 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 हुंदा गया। ठीक है, ज्योकर सूरज निकलिया तारे छपे अंधेर पलोया। जिस तरह सूरज निकलता है, सवेर हुंदी है, सूरज निकलता है, जिहड़ी रात दी चाननी हुंदी है या तारे छुपे हुंदे हन, तारे हुंदे हन, वह सारे छुप जांदे नी। ठीक है, मतलब एक नवी सवेर आ जांदी है। तारे छपे अंधेर पलोया, अंधेर मतलब हनेरा, पलोया मतलब दूर होया। ठीक है, जिहड़े टॉप वर्ड्स ने इन्हां नूं नाल नाल ही लिखी जाओ। पलोया मीनस दूर होया। जिस तरह सूरज के निकलन के नाल तारे आसमान विच छुप जाते हैं, उस तरह ही ते सारा जड़ा हनेरा है वह दूर हो जाता है, उस तरह ही जो गुरु नानक देव जी का आगमन होया इस धरती से, सारिया बुराइया का अंत हो गया, तो सारे पासे चानण हो गया। चानण किस चीज़ का? सच्चाई का। गुरु जी तो उपदेश नाल लोगों नूं सच का चानण मिलिया। ठीक है, उन्होंने सच का ज्ञान प्रताप होया। नेक्स्ट है, सिंह बुके मिर्गावली पन्नी जाए ना तीर तरोया। सिंह इत्थे क्या गया है? शेरा नूं, शेर। बुके मतलब दहाड़े। ठीक है, सिंह शेर बुके दहाड़ना, जो शेर उची उची दहाड़ता है। मिर्गावली मतलब हिरन, हिरना दी किता कतार, उना दिया लाइना। जदों जंगल दे विच शेर जिहड़ा है वह उची उची दहाड़ता है, उहदी दहाड़ दे नाल, क्योंकि शेर जंगल का राजा है, उहदी दहाड़ दे नाल सारे जिन्ने भी जानवर ने, ठीक है, हिरना दी जिहड़ी कतार है, हिरना दीआं पूरीआं पूरीआं लाइनां हुंदीआं ने, वह भज जांदीआं ने। पन्नी, पन्नी मतलब दौड़ जांदीआं ने। ठीक है, पन्नी जाए दौड़ जांदीआं ने, ना तीर तरोया। तीर मतलब उन्होंने बिल्कुल भी उस टाइम पर तीरज नहीं हुंदा, उन्होंने कोई पेशेंस नहीं हुंदी, क्योंकि शेर तो सारे जने डरदे, उन्होंने लगता है कि शेर साडा शिकार कर लवेगा। ठीक है, इस तरह जो जंगल दे विच शेर दहाड़ता है, उहदी दहाड़ दे नाल ही जिन्ने भी हिरन हुंदे हन वह सारे दे सारे भज जाते हैं, उन्होंने बिल्कुल भी तीरज नहीं हुंदा, वह बस अपनी जान बचाने के लिए उत्थों भजदे ने। जिथे बाबा पैर धरे पूजा आसन थापण सोया। इसे प्रकार ही जदों गुरु नानक देव जी ने अपने इस धरती ते पैर पाए, पैर धर मतलब अपने पैर पाए, उन्हां दा आगमन होया, जिस तरह शेरां नूं देख के सारे दहाड़दे ने, उसे ही तरह जिन्ने भी वहमी सीगे, जिन्ने भी ठग सीगे, उन्हां सारिआं ने जदों गुरु जी का उपदेश सुनिया ते वह सारे दे सारे भज गए। ठीक है, थापण सोया मतलब जिथे जिथे उन्होंने अपने पैर पसारे, वह सारिया थावां जिहड़ियां सन वह पूजण योग हो गई। ठीक है, गुरु जी दीआं साखियां भी तुसीं सुनियां होगियां। ठीक है, कि जिथे जिथे गुरु जी जाते सन उन्होंने नाल भाई मरदाना जी होंदे सन। ठीक है, उन्होंने चार उदासियां कीतियां सी। ठीक है, तो सारे लोगों सच्चे गुरु का परमात्मा एक है का उपदेश दिता सी, ते जिथे जिथे भी वह जाते सन उत्थे उत्थे जिन्नियां भी थावां सन वह पूजण योग हो जांदियां सन। ठीक है, उन्होंने जिथे भी पैर पसरते सन। सिद्ध आसन सब जगत दे नानक आदि मतेजे होया। सिद्ध आसन मतलब के जिन्हें भी सिद्ध गोष्ठा भी गुरु नानक देव जी ने कीतियां हैं सिद्धां दे नाल, जिन्हें सिद्ध सन, ठीक है, सिद्ध नाथ योगी, उन्होंने नाल गोष्ठा मतलब वार्तालाप किए सन, उहदे विच सिद्ध गोष्ठ एक इन्हां दी रचना है गुरु नानक देव जी की। ठीक है, सिद्धां दे नाल वार्तालाप जिन्नी भी गलबात कीती सी, सो जिन्ने भी इस जगत दे विच सिद्ध सन, ओह जिन्ने भी सिद्धां दे स्थान सन, ओह सारे नानक मते वांग हो गए। मतलब उन्होंने गुरु जी दे मत नूं, गुरु जी दे ज्ञान नूं ही चंगा समझिया, ते गुरु जी दे ही ओह लड़ लग गए। ठीक है, घर घर अंदर धर्मसाल होवे कीर्तन सदा वसोया।
ਤੇ ਗੁਰੂ ਜੀ ਦੇ ਸੱਚੇ ਉਪਦੇਸ਼ ਦੇ ਨਾਲ ਉਹਨਾਂ ਦੀ ਗੁਰਬਾਣੀ ਦੇ ਨਾਲ ਹਰ ਘਰ ਵਿੱਚ ਧਰਮਸ਼ਾਲਾ, ਧਰਮਸ਼ਾਲਾ ਮਤਲਬ ਹਰ ਘਰ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਹੋਣ ਲੱਗ ਪਿਆ, ਕੀਰਤਨ ਹੋਣ ਲੱਗ ਪਿਆ। ਠੀਕ ਹੈ, ਵਸੋਇਆ, ਵਸੋਇਆ ਮਤਲਬ ਵਿਸਾਖੀ, ਵਿਸੋਇਆ ਮੀਨਸ ਵਿਸਾਖੀ ਭਾਵ ਨਵਾਂ ਦਿਨ, ਕਿ ਜਿਸ ਤਰ੍ਹਾਂ ਹਰ ਨਵੇਂ ਦਿਨ, ਠੀਕ ਹੈ, ਹੁਣ ਸੰਗਰਾਂਦ ਹੁੰਦੀ ਹੈ, ਠੀਕ ਹੈ, ਸੰਗਰਾਂਦ ਤੇ ਤੁਸੀਂ ਦੇਖਿਆ ਹੋਏਗਾ ਗੁਰਦੁਆਰਿਆਂ ਦੇ ਵਿੱਚ, ਕਿਉਂਕਿ ਉਸ ਟਾਈਮ ਨਵਾਂ ਜਿਹੜਾ ਮੰਥ ਹੈ, ਨਵਾਂ ਮਹੀਨਾ ਹੈ ਸ਼ੁਰੂ ਹੁੰਦਾ ਹੈ। ਠੀਕ ਹੈ, ਜਿਸ ਤਰ੍ਹਾਂ ਕੱਲ ਹੋਣਾ ਹੈ। ਓਕੇ, ਤੇ ਹਰ ਮਹੀਨੇ ਜਿੱਦਾਂ ਨਵੇਂ ਦਿਨ ਤੇ ਗੁਰਦੁਆਰਿਆਂ ਦੇ ਵਿੱਚ ਕੀਰਤਨ ਚੱਲਦੇ ਨੇ, ਉਸੇ ਤਰ੍ਹਾਂ ਹੀ ਹਰ ਘਰ ਦੇ ਵਿੱਚ ਗੁਰੂ ਜੀ ਦੇ ਉਪਦੇਸ਼ ਦੇ ਨਾਲ ਕੀਰਤਨ ਚੱਲਣੇ ਸ਼ੁਰੂ ਹੋ ਗਏ। ਇੱਕ ਹਰ ਇੱਕ ਦਿਨ ਨੂੰ ਇੱਕ ਨਵੇਂ ਦਿਨ ਦੀ ਤਰ੍ਹਾਂ ਮਨਾਇਆ ਜਾਣ ਲੱਗਾ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ ਦੇ ਨਾਲ, ਠੀਕ ਹੈ, ਪਰਮਾਤਮਾ ਦਾ ਨਾਮ ਸਿਮਰਨ ਦੀ ਭਗਤੀ ਨੂੰ ਸਾਰੇ ਪਾਸੇ ਫੈਲਾ ਕੇ ਉਹਨਾਂ ਨੇ ਜਿੰਨੇ ਨੌ ਖੰਡ ਸੀ, ਠੀਕ ਹੈ, ਨੌ ਖੰਡ ਮੈਂ ਤੁਹਾਨੂੰ ਲਿਖਾਵਾਂਗੀ ਹੁਣੀ, ਨੌ ਖੰਡ ਸੀ ਉਹ ਸਾਰੇ ਦੇ ਸਾਰੇ ਉਹਨਾਂ ਨੇ ਉਹਦੇ ਨਾਲ ਸੱਚ ਦਾ ਮੇਲ ਕਰਵਾ ਦਿੱਤਾ। ਠੀਕ ਹੈ, ਨੌ ਖੰਡ ਲਿਖ ਲਓ ਬੇਟਾ। ਪੁੱਛਿਆ ਜਾ ਸਕਦਾ ਹੈ ਕਿ ਨੌ ਖੰਡ ਕਿਹੜੇ ਕਿਹੜੇ ਨੇ, ਦੇਖੋ ਤਾਂ ਲਿਖਿਆ ਹੋਇਆ ਨਾ, ਨੌ ਨੰਨਾ ਉੜੇ ਨੂੰ ਔਂਕੜ, ਨੌ ਮੀਨਸ ਨੌ ਖੰਡ। ਠੀਕ ਹੈ, ਹੁਣ ਨੌ ਖੰਡ ਕਿਹੜੇ ਕਿਹੜੇ ਨੇ ਇਹ ਲਿਖ ਲਓ। ਪਹਿਲਾ ਹੈ ਸੱਚਖੰਡ। ਸੱਚਖੰਡ ਮਤਲਬ ਸਭ ਤੋਂ ਉੱਚਾ, ਸਵਰਗ ਤੋਂ ਵੀ ਜਿਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਜਿਹੜਾ ਸੱਚੇ ਗੁਰੂ ਨੂੰ ਧਾਰ ਕੇ ਪਰਮਾਤਮਾ ਤੱਕ ਪਹੁੰਚਦਾ ਹੈ, ਉਹਨੂੰ ਸੱਚਖੰਡ ਦੀ ਪ੍ਰਾਪਤੀ ਹੁੰਦੀ। ਠੀਕ ਹੈ, ਸੱਚਖੰਡ ਤੁਸੀਂ ਦੇਖਿਆ ਹੋਏਗਾ ਕਿ ਕਈਆਂ ਦੇ ਅੱਗੇ ਲਿਖਿਆ ਹੁੰਦਾ ਨਾ ਸੱਚਖੰਡ ਦੀ ਪ੍ਰਾਪਤੀ, ਉਹਨਾਂ ਨੂੰ ਵਾਕਈ ਹੀ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਠੀਕ ਹੈ, ਤੇ ਜਪਜੀ ਸਾਹਿਬ ਦੇ ਵਿੱਚ ਲਾਈਨ ਵੀ ਹੈ ਨਾ ਕਿ ਸੱਚਖੰਡ ਵਸੇ ਨਿਰੰਕਾਰ, ਨਿਰੰਕਾਰ ਮਤਲਬ ਪਰਮਾਤਮਾ ਕਿੱਥੇ ਵਸਦਾ ਹੈ, ਸੱਚਖੰਡ ਵਿੱਚ, ਸਵਰਗ ਧਰਤੀ ਤੋਂ ਵੀ ਉੱਪਰਲਾ। ਠੀਕ ਹੈ, ਸੈਕਿੰਡ ਹੈ ਧਰਮਖੰਡ। ਸੈਕਿੰਡ ਹੈ ਧਰਮਖੰਡ, ਇਹਦੇ ਵਿੱਚ ਵੀ ਜਪਜੀ ਸਾਹਿਬ ਦੇ ਵਿੱਚ ਇੱਕ ਲਾਈਨ ਹੈ, ਧਰਮਖੰਡ ਕਾ ਇੱਕ ਉਹ ਧਰਮ ਗਿਆਨਖੰਡ ਮੇਂ, ਗਿਆਨਖੰਡ ਕਾ ਆਖੋ ਕਰਮ। ਠੀਕ ਹੈ, ਇਹ ਸਾਰੇ ਉਹਨਾਂ ਨੇ ਦੱਸੇ ਹੋਏ ਨੇ ਜਪਜੀ ਸਾਹਿਬ ਦੇ ਵਿੱਚ, ਸੱਚਖੰਡ ਵਸੇ ਨਿਰੰਕਾਰ, ਧਰਮਖੰਡ ਕਾ ਇਹੋ ਧਰਮ। ਠੀਕ, ਧਰਮਖੰਡ। ਥਰਡ ਹੈ ਗਿਆਨਖੰਡ। ਗਿਆਨ ਖੰਡ, ਠੀਕ ਹੈ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜ ਆਨੰਦ, ਇਹ ਵੀ ਜਪਜੀ ਸਾਹਿਬ ਦੇ ਵਿੱਚ ਇੱਕ ਬਾਣੀ ਹੈ। ਠੀਕ ਹੈ, ਇੱਕ ਤੁਕ ਹੈ ਜਪਜੀ ਸਾਹਿਬ ਦੇ ਵਿੱਚ। ਠੀਕ ਹੈ, ਗਿਆਨ ਖੰਡ, ਸੱਚਖੰਡ ਮਤਲਬ ਕਿ ਸਭ ਤੋਂ ਉੱਪਰਲਾ, ਫਿਰ ਧਰਮ ਜਿਹਨੂੰ ਧਰਮ ਦਾ ਗਿਆਨ ਹੋ ਜਾਂਦਾ ਹੈ। ਠੀਕ ਹੈ, ਫਿਰ ਉਸ ਤੋਂ ਬਾਅਦ ਵਿੱਚ ਜਿਹਨੂੰ ਗਿਆਨ ਹੁੰਦਾ ਹੈ ਪਰਮਾਤਮਾ ਦਾ, ਦੈਨ ਹੈ ਕਰਮ ਖੰਡ, ਜੋ ਵੀ ਤੁਸੀਂ ਕਰਮ ਕਰਦੇ ਹੋ, ਵਿਅਕਤੀ ਇਸ ਦੁਨੀਆਂ ਦੇ ਵਿੱਚ ਚੰਗੇ ਕਰਮ ਕਰਨ ਆਇਆ ਹੈ, ਪਰਮਾਤਮਾ ਦਾ ਨਾਮ ਜਪਣ ਆਇਆ ਹੈ। ਠੀਕ ਹੈ, ਕਰਮ ਖੰਡ ਕੀ ਬਾਣੀ ਹੋਰ ਕਿੱਥੇ ਹੋਰ ਨਾ ਕੋਈ ਹੋਰ, ਰਾਈਟ, ਇਹ ਵੀ ਜਪਜੀ ਸਾਹਿਬ ਦੇ ਵਿੱਚ ਇੱਕ ਤੁੱਕ ਹੈ। ਤੁੱਕਾਂ ਤੁਸੀਂ ਨਹੀਂ ਲਿਖ ਰਹੇ ਹੋ, ਮੈਂ ਜਸਟ ਤੁਹਾਨੂੰ ਵੈਸੇ ਹੀ ਦੱਸ ਰਹੀ ਹਾਂ, ਤੁਸੀਂ ਸਿਰਫ ਨੌ ਖੰਡ ਨੇ ਇਹਨਾਂ ਨੂੰ, ਜੇ ਪੁੱਛਿਆ ਜਾਵੇ ਤੁਹਾਨੂੰ ਕਿ ਨੌ ਖੰਡ ਕਿਹੜੇ ਨੇ, ਤਾਂ ਤੁਸੀਂ ਇਹਨਾਂ ਨੂੰ ਲਰਨ ਕਰ ਸਕਦੇ ਹੋ। ਦੈਨ ਫਿਫਥ ਹੈ ਬ੍ਰਹਮ ਖੰਡ। ਬ੍ਰਹਮ ਖੰਡ, ਕੇਤੇ ਬ੍ਰਹਮੇ ਕਾੜਕ ਕੜੀਏ ਰੂਪ ਰੰਗ ਕੇ ਵੇਸ, ਇਹ ਵੀ ਜਪਜੀ ਸਾਹਿਬ ਦੇ ਵਿੱਚ ਇੱਕ ਤੁਕ ਹੈ, ਬ੍ਰਹਮ ਖੰਡ। ਠੀਕ ਹੈ, ਨੈਕਸਟ ਹੈ ਰੂਪ ਖੰਡ। ਜਾਂ ਆਪਾਂ ਇਹਨੂੰ ਸਰਮ ਖੰਡ ਵੀ ਕਹਿ ਦਿੰਦੇ ਹਾਂ। ਦੈਨ ਸੈਵਨਥ ਹੈ ਅੰਮ੍ਰਿਤਸਰ। ਅੰਮ੍ਰਿਤਸਰ, ਅੰਮ੍ਰਿਤਸਰ, ਠੀਕ ਹੈ, ਇਹ ਵੀ ਨੌ ਖੰਡਾਂ ਦੇ ਵਿੱਚੋਂ ਦੀ ਇੱਕ ਖੰਡ ਹੈ। ਇੱਥੇ ਸਾਰੇ ਖੰਡ ਮਤਲਬ ਕਿ ਜਿੱਥੇ ਜਾ ਕੇ ਲੋਕਾਂ ਨੂੰ ਸੱਚ ਦਾ, ਕਰਮ ਦਾ, ਠੀਕ ਹੈ, ਇਹ ਸਾਰੇ ਦੇ ਸਾਰੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਠੀਕ ਹੈ, ਦੈਨ ਪ੍ਰਿਥਵੀ, ਪ੍ਰਿਥਵੀ ਧਰਤੀ ਜਿੱਥੇ ਅਸੀਂ ਰਹਿੰਦੇ ਹਾਂ, ਉੱਥੇ ਵੀ ਜਿਹੜੇ ਮਨੁੱਖ ਨੇ ਉਹ ਵੀ
ਚਾਹੇ ਕਈ ਲੋਕ ਨੇ ਉਹ ਝੂਠ ਬੇਈਮਾਨੀ ਦੇ ਵਿੱਚ ਲੱਗੇ ਹੋਏ ਹਨ ਪਰ ਹੱਲੇ ਵੀ ਕੁਝ ਲੋਕ ਨੇ ਜਿਹੜੇ ਸੱਚ ਦਾ ਹਮੇਸ਼ਾ ਸਾਥ ਦਿੰਦੇ ਨੇ ਠੀਕ ਹੈ ਦੈਨ ਲਾਸਟ ਹੈ ਨਰਕ ਕਿ ਜਿਹੜੇ ਲੋਕੀ ਝੂਠ ਨੂੰ ਪ੍ਰੇਮੀ ਨੂੰ ਬੇਈਮਾਨੀ ਦਾ ਸਾਥ ਦਿੰਦੇ ਨੇ ਉਹ ਹਮੇਸ਼ਾ ਨਰਕ ਵੱਲ ਜਾਂਦੇ ਨੇ ਠੀਕ ਹੈ ਸੋ ਇਹ 9 ਖੰਡ ਨੇ ਇਹਨਾਂ 9 ਖੰਡਾਂ ਨੂੰ ਬਾਬਾ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਤਾਰਿਆ ਠੀਕ ਹੈ ਚਾਰ ਦਿਸ਼ਾਵਾਂ ਦੇ ਵਿੱਚ ਉਹਨਾਂ ਨੇ ਆਪਣੇ ਉਪਦੇਸ਼ ਨੂੰ ਫੈਲਾਇਆ ਪਰਮਾਤਮਾ ਦੇ ਨਾਮ ਸਿਮਰਨ ਬਾਰੇ ਲੋਕਾਂ ਨੂੰ ਦੱਸਿਆ ਠੀਕ ਹੈ ਤੇ ਇਹਨਾਂ ਸਾਰੇ ਖੰਡਾਂ ਨੂੰ ਉਹਨਾਂ ਨੇ ਮੇਲ ਕਰਵਾਤਾ ਠੀਕ ਹੈ ਖੰਡ ਪ੍ਰਿਥਵੀ ਸੱਚਾ ਟੋਆ ਸੱਚਾ ਮਤਲਬ ਸੱਚ ਦਾ ਟੋਆ ਮਤਲਬ ਮੇਲ ਸਾਰੇ ਖੰਡਾਂ ਦਾ ਉਹਨਾਂ ਨੇ ਆਪਸ ਵਿੱਚ ਮੇਲ ਕਰਾ ਦਿੱਤਾ ਠੀਕ ਹੈ ਲਾਸਟ ਲਾਈਨ ਹੈ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ ਹੁਣ ਗੁਰੂ ਨਾਨਕ ਦੇਵ ਜੀ ਕਲ ਕਲ ਮੀਨਸ ਕਲਯੁਗ ਠੀਕ ਹੈ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਕਲਯੁਗ ਦੇ ਵਿੱਚ ਪ੍ਰਗਟ ਹੋਏ ਸਨ ਕਲਯੁਗ ਦੇ ਵਿੱਚ ਉਹਨਾਂ ਨੇ ਅਵਤਾਰ ਧਾਰਿਆ ਸੀ ਤੇ ਉਹਨਾਂ ਨੇ ਸਾਰੇ ਲੋਕਾਂ ਨੂੰ ਬਸ ਪਰਮਾਤਮਾ ਇੱਕ ਹੈ ਦਾ ਉਪਦੇਸ਼ ਦਿੱਤਾ ਸੀ ਠੀਕ ਹੈ ਤੇ ਜਿੰਨੀਆਂ ਵੀ ਬੁਰਾਈਆਂ ਸਨ ਉਹ ਸਾਰੀਆਂ ਦੀਆਂ ਸਾਰੀਆਂ ਨਾਸ਼ਵਾਨ ਉਹ ਖਤਮ ਹੋ ਗਈਆਂ ਸਨ ਰਾਈਟ ਕਲੀਅਰ ਹੈ ਬੇਟਾ ਇੱਕ ਵਾਰੀ ਦੇਖ ਲਓ ਕਿਸੇ ਨੂੰ ਕੋਈ ਵੀ ਡਾਊਟ ਹੋਏ ਕੋਈ ਲਾਈਨ ਨਾ ਸਮਝ ਲੱਗੀ ਹੋਏ ਤਾਂ ਪੁੱਛ ਲਓ ਠੀਕ ਹੈ ਟਾਪਰਸ ਜਿਹੜੇ ਨੇ ਉਹਨਾਂ ਨੂੰ ਵੀ ਲਿਖ ਲਓ ਨਾਲ ਨਾਲ ਓਕੇ ਜਿਸ ਤਰ੍ਹਾਂ ਚਾਨਣ ਮਤਲਬ ਸਵੇਰ ਠੀਕ ਹੈ ਪ੍ਰਗਟਿਆ ਮਤਲਬ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਜਿਉ ਕਰ ਜਿਸ ਤਰ੍ਹਾਂ ਅੰਧੇਰ ਹਨੇਰਾ ਪਲੋਇਆ ਦੂਰ ਹੋਇਆ ਸਿੰਘ ਸ਼ੇਰ ਬੁਕੇ ਦਹਾੜੇ ਮਿਰਗਾਬਲੀ ਹਿਰਨਾ ਦੀ ਕਤਾਰ ਜਾਂ ਹਿਰਨਾ ਦੀ ਲਾਈਨ ਪੰਨੀ ਮਤਲਬ ਦੌੜਦੀ ਧੀਰ ਧਰੋਇਆ ਉਹਨਾਂ ਨੇ ਬਿਲਕੁਲ ਵੀ ਉਹਨਾਂ ਦੇ ਕੋਲ ਧੀਰਜ ਨਹੀਂ ਸੀ ਉਹ ਸਹਿਜ ਨਹੀਂ ਸੀ ਠੀਕ ਹੈ ਜਿੱਥੇ ਬਾਬਾ ਬਾਬਾ ਇੱਥੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਗਿਆ ਹੈ ਪੈਰ ਧਰ ਜਿੱਥੇ ਵੀ ਉਹਨਾਂ ਨੇ ਪੈਰ ਆਪਣੇ ਚਰਨ ਪਾਏ ਸਨ ਉਹ ਸਾਰੇ ਦੇ ਸਾਰੇ ਆਸਣ ਥਾਪ ਸੋਇਆ ਉਹ ਸਾਰੇ ਦੇ ਸਾਰੇ ਜਿੰਨੇ ਵੀ ਸਥਾਨ ਸਨ ਉਹ ਸਾਰੇ ਦੇ ਉਹਨਾਂ ਨੂੰ ਪੂਜਣ ਯੋਗ ਮੰਨਿਆ ਜਾਂਦਾ ਹੈ ਠੀਕ ਹੈ ਥਾਪਿਆ ਮਤਲਬ ਥਾਪਣਾ ਥਾਪਿਆ ਆਦਮ ਤੇਜੇ ਕੋਈ ਆ ਜਿੰਨੇ ਸਿੱਧ ਗੋਸ਼ਟ ਸਿੱਧ ਸਨ ਉਹਨਾਂ ਨੇ ਸਾਰਿਆਂ ਨੇ ਜਦੋਂ ਗੁਰੂ ਜੀ ਦੇ ਨਾਲ ਵਾਰਤਾਲਾਪ ਕੀਤੀ ਸੀ ਤੇ ਉਹ ਸਾਰੇ ਦੇ ਸਾਰੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਹੀ ਮੰਨਣ ਲੱਗ ਪਏ ਸਨ ਵਿਸੋਇਆ ਮਤਲਬ ਵਿਸਾਖੀ ਭਾਵ ਨਵਾਂ ਦਿਨ ਠੀਕ ਹੈ ਚਾਰ ਚੱਕ ਮਤਲਬ ਚਾਰੋਂ ਦਿਸ਼ਾਵਾਂ ਵਿੱਚ ਉਹਨਾਂ ਨੇ ਉਦਾਸੀਆਂ ਕੀਤੀਆਂ ਸਨ 9 ਖੰਡ ਤੁਹਾਨੂੰ ਮੈਂ ਲਿਖਵਾ ਦਿੱਤੇ ਨੇ ਟੋਆ ਮਤਲਬ ਮੇਲ ਕਲ ਮਤਲਬ ਕਲਯੁਗ ਰਾਈਟ ਹਾਂਜੀ ਅਸ਼ੀਨ ਸਤਿਗੁਰ ਨਾਨਕ ਪ੍ਰਗਟਿਆ ਭਾਈ ਗੁਰਦਾਸ ਜੀ ਦਾ ਉਚਾਰਿਆ ਹੋਇਆ ਸ਼ਬਦ ਹੈ ਜਿਨ੍ਹਾਂ ਦਾ ਜਨਮ ਗੁਰੂ ਅਮਰਦਾਸ ਜੀ ਦੇ ਪੱਲਾ ਘਰਾਣੇ ਵਿੱਚ ਹੋਇਆ ਅਤੇ ਜੋ ਕਿ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਇਸ ਸ਼ਬਦ ਵਿੱਚ ਗੁਰੂ ਗੁਰੂ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਜਦੋਂ ਸਤਿਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਪ੍ਰਗਟ ਹੋਏ ਸਨ ਤਾਂ ਜਿੰਨੀ ਵੀ ਬੁਰਾਈਆਂ ਦੀ ਧੁੰਦ ਸੀ ਉਹ ਸਭ ਮਿੱਟ ਗਈ ਅਤੇ ਸਾਰੇ ਪਾਸੇ ਚਾਨਣ ਹੀ ਚਾਨਣ ਹੋ ਗਿਆ ਜਿਸ ਤਰ੍ਹਾਂ ਸੂਰਜ ਦੇ ਨਿਕਲਦਿਆਂ ਹੀ ਤਾਰੇ ਜਿੰਨੇ ਵੀ ਹਨ ਉਹ ਲੁਕ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਜੀ ਦੇ ਆਉਣ ਨਾਲ ਜਿੰਨੇ ਵੀ ਪਖੰਡੀ ਲੋਕ ਸਨ ਉਹ ਅਲੋਕ ਹੋ ਗਏ ਸਨ ਅਤੇ ਜੋ ਵੀ ਭਰਮ ਜਾਲ ਸੀ ਉਹ ਹਟ ਗਿਆ ਅੱਗੇ ਉਹ ਫਰਮਾਉਂਦੇ ਹਨ ਕਿ ਜਿਸ ਤਰ੍ਹਾਂ ਜੰਗਲ ਵਿੱਚ ਸ਼ੇਰ ਦਹਾੜਦਾ ਹੈ ਅਤੇ ਹਰਨਾ ਦੀ ਡਾਟ ਭੱਜੀ ਹੋਈ ਤੀਰਜ ਨਹੀਂ ਕਰਦੀ ਇਸੇ ਤਰ੍ਹਾਂ ਹੀ ਗੁਰੂ ਜੀ ਦਾ ਉਪਦੇਸ਼ ਸੁਣ ਕੇ ਜਿੰਨੇ ਵੀ ਪਰਮੀ ਬਹਿਮੀ ਲੋਕੀ ਸਨ ਉਹ ਠਹਿਰ ਨਹੀਂ ਸਕਦੇ ਅੱਗੇ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਸਾਰੀਆਂ ਬੁਰੇ ਕੰਮਾਂ ਦਾ ਨਾਸ਼ਾ ਕਰਨ ਵਾਸਤੇ ਹੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ ਅਤੇ ਗੁਰੂ ਜੀ ਦੇ ਆਉਣ ਨਾਲ ਹੀ ਸਾਰੀਆਂ ਬੁਰਾਈਆਂ ਦਾ ਅੰਤ ਹੋ ਗਿਆ ਸੀ ਜਿੱਥੇ ਜਿੱਥੇ ਸੱਚੇ ਪਾਤਸ਼ਾਹ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ ਸਨ ਉਹ ਸਾਰੀਆਂ ਥਾਵਾਂ ਪੂਜਾ ਕਰਨ ਯੋਗ ਹੋ ਗਈਆਂ ਸਨ ਅਤੇ ਗੁਰੂ ਜੀ ਨੇ ਘਰ ਘਰ ਅੰਦਰ ਧਰਮਸਾਲ ਬਣਾ ਦਿੱਤੀ ਸੀ ਜਿੱਥੇ ਹਰ ਵਕਤ ਕੀਰਤਨ ਹੀ ਹੁੰਦਾ ਹੈ ਅਤੇ ਜਿਵੇਂ ਕਿ ਵਿਸਾਖੀ ਹੁੰਦੀ ਹੈ ਗੁਰੂ ਜੀ ਨੇ ਜਿੰਨੀਆਂ ਵੀ ਚਾਰ ਦਿਸ਼ਾਵਾਂ ਸਨ ਉਹਨਾਂ ਸਭ ਨੂੰ ਤਾਰ ਦਿੱਤਾ ਸੀਗਾ ਅਤੇ ਅੰਤ ਵਿੱਚ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ 9 ਖੰਡਾਂ ਵਾਲੀ ਧਰਤੀ ਵਿੱਚ 9 ਖੰਡਾਂ ਵਾਲੀ ਧਰਤੀ ਵਿਖੇ ਸੱਚ ਦਾ ਮੇਲ ਹੋ ਗਿਆ ਹੈ ਅਤੇ ਇਸੇ ਤਰ੍ਹਾਂ ਸਤਿਗੁਰ ਕਲਯੁਗ ਵਿੱਚ ਪ੍ਰਗਟ ਹੋ ਗਿਆ ਠੀਕ ਹੈ ਵੈਰੀ ਗੁੱਡ
प्रभगुन। गुड मॉर्निंग मैम। गुड मॉर्निंग बेटा। सतगुरु नानक प्रगटिया शब्द भाई गुरदास जी का उचारिया होया है। भाई गुरदास जी गुरु अमरदास जी के भला घराने विच होए सन ते ए गुरु अमरदास जी के भतीजे सन। इन्हां नूं हर भाषा विच महारत हासिल सी अते इन्हां ने पहली बारी श्री गुरु ग्रंथ साहिब जी नूं अपने हत्थी लिखिया सी। जगत विच प्रगट होए उस वेले ही धुंद मिट गई ते चानन हो गया। गुरु नानक देव जी दे आन तो पहला इस गुरु नानक देव जी दे अवतार धारण तो पहला इस कलयुग विच काजी पैसे लेके फैसले करते सन, राजा प्रजा ते जुलम करते सन, अते होर कई जालम ते जुलम हुंदे सन। ते जिवे ही गुरु नानक ते इस कारण ही परमात्मा ने गुरु नानक देव जी नूं इस धरती उत्ते अवतार धारण वास्ते भेजा। भाई गुरदास जी कहिंदे हन कि जिस तरह सूरज निकल जांदा है, सूरज निकलिया हुंदा है ते तारे लुक जांदे हन ते हनेरा दूर हो जांदा है, इस तरह ही सारी धरती उत्ते पाखंडी ते जालम लोग दूर हो गए ते सच्चे सच्चे परमात्मा ने अपना अवतार धारिया ते लोकां नूं सिद्धे राहे पाया। जिवें शेर दिहाड़ मारदा है ता हिरनां नूं डर के भज जांदे हन, उस तरह इह धरती धीरज नहीं धारदी ते गुरु जी दे उपदेश सुन के सारिआं नूं शांति मिल जांदी है। जिथे जिथे गुरु जी ने चरण पाए उह सारिआं थावां पूजन योग हन, ਜਿਵੇਂ ਕਿ ਜਿੱਥੇ ਉਹਨਾਂ ਦਾ ਜਨਮ ਹੋਇਆ ਸ਼੍ਰੀ ਨਨਕਾਣਾ ਸਾਹਿਬ, ਜਿੱਥੇ ਉਹਨਾਂ ਨੇ ਵਲੀ ਕੰਧਾਰੀ ਨੂੰ ਸਮਝਾਇਆ ਉੱਥੇ ਪੰਜਾ ਸਾਹਿਬ, ਤੇ ਸਾਰੀ ਧਰਤੀਆਂ ਚਰਨ ਪਾਣ ਵਾਲੀਆਂ ਨੇ। ਜਿਹੜੇ ਕੋਈ ਜਗਤ ਵਿੱਚ ਸਿੱਧਾਂ ਦਾ ਅਸਥਾਨ ਹਨ ਤੇ ਉਹ ਸਾਰੇ ਨਾਨਕ ਬੰਦੇ ਵਾਂਗ ਗੁਰੂ ਨਾਨਕ ਦੇਵ ਜੀ ਦੇ ਹੋ ਗਏ। ਗੁਰੂ ਜੀ ਨੇ ਹਰ ਘਰ ਦੇ ਅੰਦਰ ਇੱਕ ਧਰਮਸਾਲ ਬਣਾ ਦਿੱਤੀ ਜਿੱਥੇ ਸਦਾ ਹੀ ਕੀਰਤਨ ਹੁੰਦਾ ਹੈ ਤੇ ਗੁਰੂ ਦੀ ਸਿਫਤ ਹੁੰਦੀ ਹੈ। ਗੁਰੂ ਜੀ ਨੇ ਚਾਰ ਦਿਸ਼ਾਵਾਂ ਨੂੰ ਤਾਰ ਦਿੱਤੀਆਂ ਆਪਣੀ ਚਾਰ ਉਦਾਸੀਆਂ ਕਰਕੇ। ਇਹ ਨੌਖੰਡਾਂ ਵਾਲੀ ਪ੍ਰਿਥਵੀ ਧਰਤੀ ਵਿਖੇ ਸੱਚ ਦਾ ਮੇਲ ਹੋ ਗਿਆ। ਅੰਤ ਵਿੱਚ ਭਾਈ ਗੁਰਦਾਸ ਜੀ ਇਹ ਕਹਿੰਦੇ ਹਨ ਕਿ ਇਸ ਤਰ੍ਹਾਂ ਸਤਿਗੁਰ ਜੀ ਨੇ ਅਵਤਾਰ ਇਸ ਕਲਯੁਗ ਵਿੱਚ ਤਾਰਿਆ ਤਾਂ ਜੋ ਉਹ ਲੋਕਾਂ ਨੂੰ ਤਾਰ ਸਕਣ। ਠੀਕ ਹੈ, ਵੈਰੀ ਗੁੱਡ, ਕਲੀਅਰ ਹੈ? ਓਕੇ, ਸੋ ਹੁਣ ਬੱਚੇ ਤੁਹਾਨੂੰ ਇਹਦੇ ਵਨ ਵਰਡ ਹੀ ਆਉਣੇ ਨੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿਉਂਕਿ ਜਿੰਨੀਆਂ ਵੀ ਕਾਵਿ ਰਚਨਾਵਾਂ ਨੇ ਇਹਨਾਂ ਦੇ ਵਨ ਵਰਡ ਹੀ ਆਉਣਗੇ, ਕੋਈ 2 ਮਾਰਕਸ ਕੋਈ 4 ਮਾਰਕਸ ਲਈ ਕੁਸ਼ਚਨ ਨਹੀਂ ਪੁੱਛੇ ਜਾਣਗੇ। ਠੀਕ ਹੈ, ਸੋ ਪਹਿਲਾਂ ਆਪਾਂ ਭਾਈ ਗੁਰਦਾਸ ਜੀ ਬਾਰੇ ਕਰ ਲੈਂਦੇ ਹਾਂ। ਠੀਕ ਹੈ, ਸੋ ਫਸਟ ਕੁਸ਼ਚਨ पहला लिखो जीवन काल। भाई गुरदास जी का जीवन काल 1559 तो 1637, ठीक है, 1559 टू 1637 ए इना दा जीवन काल है। ठीक है, इना दा घराना केड़ा सी, चाहे तुसी इदा ही लिख लो, राइट, प्रॉपरली क्वेश्चन ना बना के लिखो। ठीक है, घराना केड़ा सी इना दा पल्ला, सरनेम है ते एह गुरु अमरदास जी दे भतीजे सन। ਠੀਕ ਹੈ, ਤੇ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਦਾ ਗਿਆਨ ਸੀ? ਭਾਸ਼ਾਵਾਂ ਸੰਸਕ੍ਰਿਤ, ਬ੍ਰਜ ਭਾਸ਼ਾ, ਫਾਰਸੀ ਅਤੇ ਇਹ ਪੰਜਾਬੀ ਦੇ ਵਿਦਵਾਨ ਸਨ। ਠੀਕ ਹੈ, ਭਾਸ਼ਾਵਾਂ ਲਿਖ ਲਓ ਅੱਗੇ, ਸੰਸਕ੍ਰਿਤ ਹੈ, ਬ੍ਰਜ ਹੈ,
फारसी है, पंजाबी है, इन्हां सारिया भाषावां दा बहुत वधिया तरीके नाल ज्ञान सी। इन्होंने अपने सिख मत के प्रचार लई किहड़ियां किहड़ियां थावां ते गए सन इह, ठीक है। सिख मत के प्रचार लई हां ठीक है, आगरे गए, बनारस गए, उज्जैन आदि कई थावां ते इह जाके आए सन ते उत्थे इन्होंने सिख मत का प्रचार किया सी, राइट। फिर ये महान शख्सियत के मालक सन, इन्होंने अपना सारा जीवन इन्होंने किवें बतीत किया, जीवन किदा बतीत किया इन्होंने, उच्चा ते सुच्चा, एक सच्चे गुरसिख की तरह, ठीक है, सच्चे गुरसिख की तरह इन्होंने उच्चा ते सुच्चा जीवन बतीत किया सी। ते ए भी इन्हां दे एक इंपॉर्टेंट क्वेश्चन बन सकता है कि इन्होंने लिखारी सन गुरु ग्रंथ साहब जी की, जिन्हें भी संपादना टाइम ते गुरु अर्जन देव जी ने जिन्हें भी गुरुआं दी भक्तां दी बाणी एकत्रित कीती सी उन्हां नूं इन्हां ने पहली बारी लिखिया सी, हत्थी लिखिया सी, ठीक है। ये भी तुसी क्वेश्चन दी फॉर्म दे विच लिख लो, ठीक है, लिखारी सन इह इन्होंने श्री गुरु ग्रंथ साहिब जी दी रचना नू, ठीक है, अपनी हत्थी लिखा सी। फिर इन्हां दीआं रचनावां नेक्स्ट बन जाएगा, इन्होंने 40 वारा लिखिया सन, ठीक है, देन उन्हां दी भाषा किदां दी सी, शुद्ध टकसाली, ठीक है, वारां दी भाषा किदां दी सी, शुद्ध टकसाली, ते इन्हां ने 556 कवित सवैये भी लिखे सन, कवित सवैये जो के ब्रज भाषा विच सन, ब्रज लिख सकते हो, ब्रिज भाषा लिख सकते हो, ठीक है, जो के ब्रज भाषा भी सन या ब्रिज भाषा भी सन। ते इन्हां दीआं वारां दा विशा वारां दा विशा की सी, इन्हां दे गुरु ते परमेश्वर दा प्यार, श्रद्धा ते सतगुर दृढ़ करवाया है, ठीक है, सतगुर ते दृढ़ विश्वास, ये इन्हां दे जिन्नियां इन्हां ने वारां लिखियां सन, जिन्ने इन्हां दीआं रचनावां सन, ओह इन्हां दा विशा सी, ठीक है। इन्हां ने सिक्ख्या किहदी दित्ती सी, हमेशा सदाचार दी, ठीक है, ते दुराचार दी हमेशा इन्हां ने निखेधी कीती सी, उहदी भंडणा कीती सी, राइट। ते व्याख्या किहदी कीती इन्हां ने, गुरमत सिद्धांतां दी व्याख्या, गुरमुख सिद्धांतां दी व्याख्या कीती, ठीक है। ते इन्हां दी रचना नूं की कहा जांदा है, गुरबाणी दी पूंजी, राइट। ठीक है, रचना नूं गुरबाणी दी पूंजी कहा जांदा है, राइट। ये सारे पॉइंट्स नहीं, इन पॉइंट्स नूं तुसी इलैबोरेट करके, ठीक है, चाहे इस तरह ही तुसी लिख लो, ये क्वेश्चन दी फॉर्म च लिखना है, क्वेश्चन दी फॉर्म च लिख लो, इन सारे जिस तरह इन्हां दीआं भाषावां किहड़ियां सन, जीवन किदां बतीत होया,
ਸਿੱਖਿਆ ਕਿਹੜੀ ਦਿੱਤੀ, ਵਿਆਖਿਆ ਕਿਹੜੀ ਕੀਤੀ, ਇਹਨਾਂ ਨੂੰ ਸਭ ਨੂੰ ਇਲੈਬੋਰੇਟ ਕਰਕੇ ਤੁਸੀਂ ਲਿਖ ਸਕਦੇ ਹੋ। ਅਗਰ ਇਹਦੇ ਵਿੱਚ ਕੋਈ ਵੀ ਡਾਊਟ ਹੈ ਕਿਸੇ ਨੂੰ ਤੇ ਪੁੱਛ ਲਓ ਮੈਨੂੰ, ਇਹਨਾਂ ਨੂੰ ਨੋਟ ਡਾਊਨ ਕਰ ਲਓ, ਠੀਕ ਹੈ। ਤੇ ਸ਼ਬਦ ਜਿਹੜਾ ਹੈ ਉਹਦੇ ਨਾਲ ਰਿਲੇਟਡ ਆਪਾਂ ਕੁਐਸਚਨ ਆਨਸਰਸ ਕੱਲ ਕਰ ਲਵਾਂਗੇ।